ਘਰ ਦੀ ਛੱਤ ਤੋਂ ਇੱਕ 6 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਭੇਤਪਰੇ ਹਾਲਾਤਾਂ ਦੇ ਵਿੱਚ ਇਸ ਬੱਚੀ ਦੀ ਮੌਤ ਹੋਈ ਹੈ, ਜਦਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੱਚੀ ਦੇ ਨਾਲ ਪਹਿਲਾਂ ਗਲਤ ਕੰਮ ਹੋਇਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸਦੀ ਹੱਤਿਆ ਕਰ ਦਿੱਤੀ ਗਈ ਹੈ, ਕਤਲ ਕਰ ਦਿੱਤਾ ਗਿਆ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਜਦੋਂ ਇੱਕ 6 ਸਾਲ ਦੀ ਬੱਚੀ ਆਪਣੀ ਦਾਦੀ ਦੇ ਨਾਲ ਘਰ ਦੇ ਵਿੱਚ ਇਕੱਲੀ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਬੱਚੀ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ। ਜਦੋਂ ਸਾਰਾ ਦਿਨ ਬੱਚੀ ਨਹੀਂ ਲੱਭਦੀ ਤਾਂ ਬੱਚੀ ਦੀ ਮਾਂ ਕੰਮ 'ਤੇ ਗਈ ਹੁੰਦੀ ਹੈ, ਜਦ ਘਰ ਵਾਪਸ ਆਉਂਦੀ ਹੈ ਤਾਂ ਉਸਦੇ ਵੱਲੋਂ ਵੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਆਂਢੀਆਂ ਗੁਆਂਢੀਆਂ ਨੂੰ ਦੱਸਿਆ ਜਾਂਦਾ, ਜਿਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਘਰ ਦੀ ਛੱਤ ਦੇ ਉੱਪਰ ਚੜ੍ਹ ਕੇ ਦੇਖਦਾ ਹੈ ਤਾਂ ਉੱਥੇ ਬੱਚੀ ਦੀ ਲਾਸ਼ ਪਈ ਹੁੰਦੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਬੱਚੀ ਨੇ ਕੱਪੜੇ ਵੀ ਉਸ ਸਮੇਂ ਨਹੀਂ ਸੀ ਪਾਏ ਹੋਏ, ਤਾਂ ਜਿਸ ਤੋਂ ਬਾਅਦ ਇਹ ਹੁਣ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਪਹਿਲਾਂ ਬੱਚੀ ਦੇ ਨਾਲ ਗਲਤ ਕੰਮ ਹੋਇਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਪਰ ਪੁਲਿਸ ਦੇ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਹੈ, ਉੱਥੇ ਹੀ ਬੱਚੀ ਦੀ ਜੋ ਮਾਂ ਹੈ ਉਸਦਾ ਕਹਿਣਾ ਹੈ ਕਿ ਉਹ 1 ਮਹੀਨੇ ਪਹਿਲਾਂ ਹੀ ਇੱਥੇ ਆਏ ਸੀ ਅਤੇ ਹੁਣ ਬੱਚੀ ਦੀ ਅਚਾਨਕ ਹੀ ਮੌਤ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। क्या हुआ था? हम कंपनी में गए थे शहर। अच्छा। लड़कियां खा रहे थे दादी के पास। क्या बच्चे को हुआ क्या? ऊपर कैसे चली गई बच्चा? सही से खाना पीना खिला के चला गए काम करने ड्यूटी। अब खान के खा के गए 11 बजे से ही का तो घटना हुआ है, तो खोजने लगे दादी उसकी। अच्छा। तो दादी खोजने लगी तो नहीं पता लगेगी, तो फिर जाके ऊपर देखें तो देख रहे हैं कि ऐसी लपेट के भीगा है। बच्चे के बोलते कि तन पे कपड़े भी नहीं थे? नहीं, तब कपड़ा नहीं था। कपड़ा तो था सर। तो ऐसा कौन कर सकता है? अब कौन कर सकता है? किसका है? साथ लड़ाई झगड़ा? नहीं सर, हम लोग तो हाले आया हूँ घर से। हम लोग तो घर से आया। कितनी देर पहले रहते हो यहाँ पे? कितने साल हो गए यहाँ पे रहते? साल नहीं लगा, 1 महीना होने वाला है। अभी होने वाला है, हुआ नहीं। लड़ाई झगड़ा कुछ नहीं था। ਘਰ ਦੀ ਛੱਤ ਤੋਂ ਇੱਕ 6 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਭੇਤਪਰੇ ਹਾਲਾਤਾਂ ਦੇ ਵਿੱਚ ਇਸ ਬੱਚੀ ਦੀ ਮੌਤ ਹੋਈ ਹੈ, ਜਦਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੱਚੀ ਦੇ ਨਾਲ ਪਹਿਲਾਂ ਗਲਤ ਕੰਮ ਹੋਇਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸਦੀ ਹੱਤਿਆ ਕਰ ਦਿੱਤੀ ਗਈ ਹੈ, ਕਤਲ ਕਰ ਦਿੱਤਾ ਗਿਆ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਜਦੋਂ ਇੱਕ 6 ਸਾਲ ਦੀ ਬੱਚੀ ਆਪਣੀ ਦਾਦੀ ਦੇ ਨਾਲ ਘਰ ਦੇ ਵਿੱਚ ਇਕੱਲੀ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਬੱਚੀ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ। ਜਦੋਂ ਸਾਰਾ ਦਿਨ ਬੱਚੀ ਨਹੀਂ ਲੱਭਦੀ ਤਾਂ ਬੱਚੀ ਦੀ ਮਾਂ ਕੰਮ 'ਤੇ ਗਈ ਹੁੰਦੀ ਹੈ, ਜਦ ਘਰ ਵਾਪਸ ਆਉਂਦੀ ਹੈ ਤਾਂ ਉਸਦੇ ਵੱਲੋਂ ਵੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਆਂਢੀਆਂ ਗੁਆਂਢੀਆਂ ਨੂੰ ਦੱਸਿਆ ਜਾਂਦਾ, ਜਿਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਘਰ ਦੀ ਛੱਤ ਦੇ ਉੱਪਰ ਚੜ੍ਹ ਕੇ ਦੇਖਦਾ ਹੈ ਤਾਂ ਉੱਥੇ ਬੱਚੀ ਦੀ ਲਾਸ਼ ਪਈ ਹੁੰਦੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਬੱਚੀ ਨੇ ਕੱਪੜੇ ਵੀ ਉਸ ਸਮੇਂ ਨਹੀਂ ਸੀ ਪਾਏ ਹੋਏ, ਤਾਂ ਜਿਸ ਤੋਂ ਬਾਅਦ ਇਹ ਹੁਣ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਪਹਿਲਾਂ ਬੱਚੀ ਦੇ ਨਾਲ ਗਲਤ ਕੰਮ ਹੋਇਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਪਰ ਪੁਲਿਸ ਦੇ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਹੈ, ਉੱਥੇ ਹੀ ਬੱਚੀ ਦੀ ਜੋ ਮਾਂ ਹੈ ਉਸਦਾ ਕਹਿਣਾ ਹੈ ਕਿ ਉਹ 1 ਮਹੀਨੇ ਪਹਿਲਾਂ ਹੀ ਇੱਥੇ ਆਏ ਸੀ ਅਤੇ ਹੁਣ ਬੱਚੀ ਦੀ ਅਚਾਨਕ ਹੀ ਮੌਤ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। क्या हुआ था? हम कंपनी में गए थे शहर। अच्छा। लड़कियां खा रहे थे दादी के पास। क्या बच्चे को हुआ क्या? ऊपर कैसे चली गई बच्चा? सही से खाना पीना खिला के चला गए काम करने ड्यूटी। अब खान के खा के गए 11 बजे से ही का तो घटना हुआ है, तो खोजने लगे दादी उसकी। अच्छा। तो दादी खोजने लगी तो नहीं पता लगेगी, तो फिर जाके ऊपर देखें तो देख रहे हैं कि ऐसी लपेट के भीगा है। बच्चे के बोलते कि तन पे कपड़े भी नहीं थे? नहीं, तब कपड़ा नहीं था। कपड़ा तो था सर। तो ऐसा कौन कर सकता है? अब कौन कर सकता है? किसका है? साथ लड़ाई झगड़ा? नहीं सर, हम लोग तो हाले आया हूँ घर से। हम लोग तो घर से आया। कितनी देर पहले रहते हो यहाँ पे? कितने साल हो गए यहाँ पे रहते? साल नहीं लगा, 1 महीना होने वाला है। अभी होने वाला है, हुआ नहीं। लड़ाई झगड़ा कुछ नहीं था।